ਦਰਬਾਰ ਸਾਹਿਬ ਤੇ ਦੇਖੋ ਬਈ ਇਹੋ ਜੇ ਹਾਲਾਤ ਹੈ ਨੇਪਾਲ ਚ ਇਤਿਹਾਸਿਕ ਗੁਰੂ ਘਰ ਨੇ ਇਹ ਇਤਿਹਾਸਿਕ ਗੁਰੂ ਗੁਰੂ ਘਰ ਨੇਪਾਲ ਦੇ ਬਾਕੀ ਥਾਂ ਮੇ ਆਪਾਂ ਸੇਵਾ ਸੰਭਾਲ ਇੰਨੀ ਕਰੀ ਜਾਨੇ ਆ ਗੁਰੂ ਨਾਨਕ ਪਾਤਸ਼ਾਹ ਆਪਣੀ ਤੀਜੀ ਉਦਾਸੀ ਦੇ ਦੌਰਾਨ ਤੇ ਇਹ ਥਾਂ ਤੇ ਆਏ ਸੀਗੇ ਉਦਾਸੀਨ ਮਹਾਨਤਾ ਜੈ ਦੀ ਇਹ ਥਾਂ ਦੀ ਸੇਵਾ ਸੰਭਾਲ ਕਰ ਰਹੇ ਆ ਤੇ ਵੈਸੇ ਦਰਬਾਰ ਸਾਹਿਬ ਆ ਜਿਹੜਾ ਤੁਸੀਂ ਦੇਖ ਰਹੇ ਹੋ ਦੇਖੋ ਯਾਰ ਇਹ ਬਹੁਤ ਪੁਰਾਣੀ ਇਮਾਰਤ ਹੋਊਗੀ ਪਤਾ ਨਹੀਂ ਕੀ ਹੋਊਗਾ ਉਸ ਟਾਈਮ ਇਥੇ ਮੰਦਿਰ ਬਣਿਆ ਹੋਊ ਜਾਂ ਕੀ ਹੋਊ ਇਥੇ ਗਾਵਾਂ ਗੂਆਂ ਬੰਨ ਰੱਖੀਆਂ ਈਆਂ डेट है कोई डेट नहीं लिखा है इसमें अच्छा इस पे डेट नहीं लिखा है नहीं लिखा अच्छा वैसे ये हाथ लिखता है सारा हाँ हाथ लिखे हाथ से लिखा हुआ है? हाँ जी वो तो पहले बांस का, का कलम से लिखा है बांस का कलम से हाँ। गुरुद्वारा साहब जी का एड्रेस भी लिखा हुआ है प्राचीन उदासीन श्री गुरु नानक मठ नया बाजार बिश्नामती ਪਿਛਲੇ ਵਲੌਗ 'ਚ ਤੁਸੀਂ ਦੇਖਿਆ ਹੋਣਾ ਆਪਾਂ ਆਏ ਸੀ ਗੁਰਦੁਆਰਾ ਸਾਹਿਬ ਤੇ ਮਹਾਰਾਣੀ ਜਿੰਦਾ ਨਾਲ ਜਿਹੜੇ ਸੰਬੰਧਤ ਸਥਾਨ ਸੀਗੇ ਉਹ ਦੇਖੇ ਸੀ ਤੇ ਇਹ ਗੁਰਦੁਆਰਾ ਸਤਸੰਗ ਆ ਕੇ ਆਪਾਂ ਨੂੰ ਪਤਾ ਲੱਗਿਆ ਸੀ ਕਿ ਇੱਥੇ ਕਠਮੰਡੂ ਦੇ ਵਿੱਚ ਹੋਰ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈਗੇ ਨੇ ਤੇ ਅੱਜ ਦੇ ਵਲੌਗ 'ਚ ਆਪਾਂ ਉਹ ਗੁਰਦੁਆਰਾ ਸਾਹਿਬ ਦੇਖਾਂਗੇ ਇੱਕ ਗੁਰਦੁਆਰਾ ਸਾਹਿਬ ਤਾਂ ਗੁਰਨਾਨਕ ਮੱਠ ਕਰਕੇ ਹੈਗੇ ਜਦੋਂ ਗੁਰੂ ਸਾਹਿਬ ਤਿੱਬਤ ਦੀ ਉਦਾਸੀ ਨੂੰ ਗਏ ਆਦੋਂ ਉੱਥੇ ਉਹਨਾਂ ਨੇ ਆਪਣੇ ਚਰਨ ਪਾਏ ਹੈਗੇ ਇਹ ਸੀਗਾ ਗੁਰਦੁਆਰਾ ਸਾਹਿਬ ਗੁਰਨਾਨਕ ਸਿੱਖ ਸੰਗਤ ਗੁਰਦੁਆਰਾ ਸਾਹਿਬ ਪੈਂਦਾ ਸੀਗਾ ਥਾਪਾ ਥੱਲੀ ਚ ਤੇ ਥਾਪਾ ਥੱਲੀ ਤੋਂ ਹੁਣ ਆਪਾਂ ਚੱਲੇ ਆਂ ਬਾਲਾ ਜੂ ਖੁਸ਼ੀ ਇੱਧਰ ਹੀ ਦੱਸਿਆ ਸੀ ਮੈਨੂੰ ਲੱਗਾ ਉਹਨਾਂ ਨੇ ਇੱਥੋਂ ਇੱਧਰ ਨੂੰ ਰਾਈਟ ਮੋੜਦੇ ਆਪਾਂ ਹਾਂ ਰਾਈਟ ਮੁੜ ਕੇ ਇੱਥੇ ਨਾ ਇੱਕ ਨੇਪਾਲ ਦੇ ਲੋਕਾਂ ਨੂੰ ਬਹੁਤਾ ਪਤਾ ਨਹੀਂ ਹੈਗਾ ਨਾ ਤਾਂ ਇਤਿਹਾਸ ਬਾਰੇ ਪਤਾ ਸਿੱਖ ਇਤਿਹਾਸ ਬਾਰੇ ਨਾ ਹੀ ਗੁਰਦੁਆਰਿਆਂ ਬਾਰੇ ਪਤਾ ਜਿਹੜਾ ਕੱਲਾ ਵੱਡਾ ਗੁਰਦੁਆਰਾ ਹੈ ਉਹਨੂੰ ਇਹ ਜ਼ਰੂਰ ਜਾਣਦੇ ਆ ਜਿਹੜਾ ਸਿੱਖ ਸੰਗਤ ਜਿੱਥੋਂ ਆਪਾਂ ਅੱਜ ਚੱਲੇ ਆਂ ਵਲੌਗ ਸ਼ੁਰੂ ਕੀਤਾ ਸੀਗਾ ਤੇ ਕਿਉਂਕਿ ਉਹ ਕਾਫੀ ਵੱਡਾ ਹੈਗਾ ਤੇ ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ ਹੈ। ਬਾਕੀ ਗੁਰਦੁਆਰਾ ਸਾਹਿਬ 'ਚ ਇੱਥੇ ਇਹਨਾਂ ਕੋਈ ਕੁਝ ਲੱਗਿਆ ਨਹੀਂ ਹੋਇਆ। ਨਿਸ਼ਾਨਦੇਹੀਆਂ ਨਹੀਂ ਹੈਗੀਆਂ ਤਾਂ ਕਰਕੇ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ। ਬਾਕੀ ਪੰਜਾਬ ਦਾ ਤਾਂ ਇੱਥੇ ਕੋਈ ਵੀ ਨਹੀਂ ਹੈਗਾ ਸਿੱਖ ਸੰਗਤ ਇੱਥੇ। ਜੰਮੂ ਕਸ਼ਮੀਰ ਤੋਂ ਨੇ ਜਿੰਨੇ ਕਹੇਗੇ ਨੇ ਇਹਨਾਂ ਨੂੰ ਤਾਂ। ਖਾ ਲੋ ਜੀ। ਯਾਂ ਗੁਰਦੁਆਰਾ ਕਿ ਸਾਈਡ ਹੈ? ਗੁਰਦੁਆਰਾ। ਯਾਂਹੋਂ ਸੀ ਨੀਚੇ। ਨਹੀਂ ਨਹੀਂ ਇੱਕ ਇੱਕ ਇਧਰ ਬਤਾਇਆ ਉਹਨਾਂ ਨੇ। ਇਧਰ ਹੈ। ਹਾਂ। ਅੰਦਰ ਹੈ। ਯਹੀਂ ਸੇ ਨੀਚੇ ਜਾ ਕੇ। ਓਕੇ। ਇੱਥੋਂ ਥੱਲੇ ਜਾ ਕੇ ਦੱਸਿਆ ਕਿਨੇ ਗੁਰਦੁਆਰਾ ਸਾਹਿਬ। ਥੱਲੇ ਥੱਲੇ ਚਲੋ। ਸਿੱਧਾ ਹੀ ਹੈ। अच्छा ये देखो यार ਥੱਲੇ ਵੀ ਦੱਸਿਆ ਥੱਲੇ ਦਾ ਘਰ ਜੇ ਨੇ ਜਾਂ ਕੁਛ ਹੋਰ ਹੈ ਹਾਂ ਟੈਂਪਲ ਜੀ ਪਤਾ ਨਹੀਂ ਗੁਰਦੁਆਰਾ ਸਾਹਿਬ ਹੀ ਹੁਣ ਨੇਪਾਲ ਚ ਨਾ ਕੋਈ ਬਹੁਤੀ ਸੰਭਾਲ ਨਹੀਂ ਹੋ ਰਹੀ ਗੁਰੂ ਘਰਾਂ ਦੀ ਕੱਲਾ ਜਿਹੜਾ ਸਿੱਖ ਸੰਗਤ ਗੁਰਦੁਆਰਾ ਸਾਹਿਬ ਹੈ ਉਹਦੀ ਮੈਨੇਜਮੈਂਟ ਜ਼ਰੂਰ ਹੈ ਦੇਖੋ ਯਾਰ ਇਹ ਬਹੁਤ ਪੁਰਾਣੀ ਇਮਾਰਤ ਹੋਗੀ ਪਤਾ ਨਹੀਂ ਕੀ ਹੋਊਗਾ ਉਸ ਟਾਈਮ ਇਥੇ ਮੰਦਿਰ ਬਣਿਆ ਹੋ ਜਾਂ ਕੀ ਹੋ ਇਥੇ ਗਾਵਾਂ ਗੂਆਂ ਬੰਨ ਰੱਖੀਆਂ ਹੈ ਗੁਰਦੁਆਰਾ ਕਿਹ ਹੈ गुरुद्वारा गुरुद्वारा ऊपर है किस साइड तो अच्छा चाबी लेके आप ही संभाल करते हो इधर नहीं अच्छा ये करते हैं संभाल ये कुत्ता काटता नहीं काटता तो नहीं है अच्छा अच्छा मैंने सोचा ए डरा रहा है अच्छा अच्छा पानी हाथ तो लो खुशी हाथ तो लो हाँ जी ਇਤਿਹਾਸਿਕ ਗੁਰਦੁਆਰਾ ਸਾਹਿਬ ਦੱਸਦੇ ਇੱਥੇ ਗੁਰੂ ਨਾਨਕ ਪਾਤਸ਼ਾਹ ਆਏ ਸੀ ਕਹਿੰਦੇ ਇਹ ਥਾਂ ਤੇ ਇੱਧਰ ਇੱਧਰ ਦੀ ਜਾਣਾ ਖੁਸ਼ੀ ਇੱਧਰ ਦੀ ਇੱਧਰ ਦੀ ਸਿੱਧਾ ਚੱਲੋ ਇੱਧਰ ਉਹ ਗੇਟ ਸਨ ਅੱਛਾ ਉਹ ਸਾਹਮਣੇ ਵਾਲੇ ਗੇਟ ਸੀ ਇੱਧਰ ਦੀ ਅੰਦਰ ਜਾਣਾ ਬੂ ਇਹ ਕੀ ਲਾਇਆ ਨਿਸ਼ਾਨ ਲਾਇਆ ਹੈ ਕਿ ਵੈਸੇ ਹੀ ਲਾਇਆ ਹੈ ਨਿਸ਼ਾਨ ਸਾਹਿਬ ਤਾਂ ਨਹੀਂ ਹੈਗਾ ਇਹ ਕੁਛ ਹੋਈ ਲਾਇਆ ਹੈ ਝੰਡਾ ਲਾਰ ਝੰਡਾ ਲਾਰ ਕੇ ਕੋਈ ਤੇ ਗੁਰਦੁਆਰਾ ਸਾਹਿਬ ਤੇ ਦੇਖੋ ਬਈ ਇਹੋ ਜੇ ਹਾਲਾਤ ਹੈ ਨੇਪਾਲ 'ਚ ਇਤਿਹਾਸਿਕ ਗੁਰੂ ਘਰ ਨੇ ਇਹ ਇਤਿਹਾਸਿਕ ਗੁਰੂ ਗਰ ਗੁਰੂ ਘਰ ਨੇ ਪਾਲਦੇ ਬਾਕੀ ਥਾਂ ਮੈਂ ਆਪਾਂ ਸੇਵਾ ਸੰਭਾਲ ਇਨੀ ਕਰੀ ਜਾਨੇ ਆ ਬਾਕੀ ਕਨੇਡਾ ਅਮਰੀਕਾ ਜਾਂ ਹੋਰ ਆਪਾਂ ਸੁਸਾਇਟੀਆਂ ਆਪਣੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਬਣਾ ਲਈਆਂ ਤੇ ਇੱਥੇ ਦੇ ਤੁਸੀਂ ਦੇਖੋ ਕਠਮੰਡੂ ਦੇ ਜਾਂ ਨੇਪਾਲ ਚ ਕੀ ਹਾਲ ਹੈ ਮੈਨੂੰ ਇਹ ਲੱਗਦਾ ਵੀ ਜਿਹੜਾ ਇਹ ਪਰਿਵਾਰ ਹੈ ਇਹੀ ਸੰਭਾਲ ਕਰਦਾ ਹੋ ਗੁਰਦੁਆਰਾ ਸਾਹਿਬ ਦੀ ਇਹਦੀ ਤੇ ਬਾਕੀ ਬਾਅਦ ਚੋਂ ਗੱਲਬਾਤ ਕਰਾਂਗੇ ਪਰਿਵਾਰ ਨਾਲ ਪਹਿਲਾ ਅਪਨ ਦਰਸ਼ਨ ਕਰ ਲਈਏ ਵਾਹ ਬਹੁਤ ਸੱਚੇ ਭਾਸ਼ ਅੱਛਾ ਇਹ ਦਰਬਾਰ ਸਾਹਿਬ ਇਹ ਦਰਬਾਰ ਸਾਹਿਬ ਹੈ ਵੀ ਛੋਟਾ ਜੰਦਰ ਸੇਵਾ ਸੰਭਾਲੇ ਹੀ ਕਰਦੇ ਹੋਣਗੇ ਅੰਦਰਲੇ ਪਾਸੇ ਉਹ ਵਧੀਆ ਬਣਾਇਆ ਹੋਇਆ ਗੁਰੂ ਪਾਤਸ਼ਾਹ ਦਾ ਸਥਾਨ ਹੈ ਇਸकी ਸੰਭਾਲ ਆਪ ਹੀ ਕਰਦੇ ਹੋ ਜੀ ਗੁਰਦੁਆਰਾ ਸਾਹਿਬ ਕੀ ਜੀ ਕਿੰਨੇ ਸਾਲ ਹੋ ਗਏ ਆਪਕੋ ਮੇਰਾ ਤਾਂ 28 ਸਾਲ ਹੋ ਗਏ 28 ਸਾਲ ਆਪਕੋ ਕਰਦੇ ਹੋ ਜੀ ਤਾਂ ਆਪਕੇ ਪਹਿਲੇ ਮੀਨ ਜ ਪਿਤਾਪੁਰਖੀ ਆਪਕੇ करते होंगे मेरे गुरु माता थी आपके गुरु माता थी जी वो संभाल करते हैं। जी अभी अच्छा कर यही आए थे अच्छा हमारे गुरु माता बोली थी यही आए थे सबसे पहले अच्छा सबसे पहले यही आए थे उसके बाद अब यहाँ आए अब यहाँ से नानक वोट में गए पशुपति बसमेश्वर में गए फिर ज्ञानेश्वर में गए अच्छा कितने काफी लंबा टाइम रहे जहाँ नेपाल में दो चार दिन रुके थे बोले थे हमारे माता जी हमारी माता जी बोली थी गुरु माता अच्छा जी दो चार दिन यहाँ रुके और दो चार दिन बसमेश्वर में रुके हाँ। पशुपति और उसमें बालाजू में हाँ। नानक मोट में रुके फिर सुबह भगवती में रुके अच्छा यहाँ तो, कोई फंड वगैरह नहीं देता आपको कोई कमेटी वगैरह ये स्थान नया बनाने के लिए दोबारा जहाँ इसका जैसे इसको अच्छा बनाने जैसे जैसे ये गर्मी है अभी अंदर तो ए वगैरह लगाने के लिए कोई फैसिलिटी नहीं देता है ना। ये तो पहले मट्टी का था इसमें पानी सब डूबता था हमारे ये प्रदेश सरकार ये तीन नंबर प्रदेश का सरकार ने ये आपका ये बोर्ड लगाया अच्छा और ये सबसे सीमेंटी का बना दिया अच्छा और आपके वो अमेरिका से खालसा जी आए हाँ आपको खालसा जी आके कारपेट लगाए और वो नानक देव के खटिया बनाए अच्छा और चंद्र देव के वो खटिया बनाए सब कुछ ये अभी हुआ है। ये सब कुछ है अगला साल हुआ था ठीक है हमारे गुरु जी करते है डेली करते हो प्रकाश वगैरह डेली होता है इसमें सुबह ठीक है सके तो गुरु जी करते हैं नहीं सके तो थोड़ा बहुत ये लड़का थोड़ा आपने जो आता है वही कर दे अच्छा ये आपका लड़का है जी ये कर देता है पाठ वगैरह ठीक है ਇਹ ਬਈ ਇਹਨਾਂ ਦਾ ਪਰਿਵਾਰ ਹੈ ਇੱਥੇ ਰਹਿਣ ਵਾਲਾਗਾ ਤੇ ਗੁਰੂ ਸਾਹਿਬ ਕਬੀ ਕਾਲ ਆਤੇ ਹੈ ਕਬੀ ਕਾਲੇ ਸੇ ਬਾਹਰ ਸੇ ਆਏਗੇ ਤਾਂ ਕੋਈ ਆਏਗੇ ਨਹੀਂ ਤਾਂ ਗੁਰਦੁਆਰੇ ਕੇ ਕੁਪੰਡੋਲ ਵਾਲੀ ਕੋਈ ਨਹੀਂ ਆਏਗੇ ਜੋ ਬੜਾ ਗੁਰਦੁਆਰਾ ਸਾਹਿਬ ਹੈ ਉਧਰ ਤੋਂ ਸੰਗਤ ਜ਼ਿਆਦਾ ਹੈ ਉਧਰ ਬੋਲੇ ਪਹਿਲੇ ਉਹ ਗੁਰਦੁਆਰਾ ਹਮਾਰੇ ਯਹੀ ਥਾ ਹਮਾਰੇ ਮਾਤਾ ਜੀ ਥੀ ਤਾਂ ਹਮਾਰੇ ਮਾਤਾ ਜੀ ਬਹੁਤ ਸੇਵਾ ਕੀਤਾ ਥਾ ਉਨਕੋ ਅੱਛਾ ਉਹ ਗੁਰਦੁਆਰਾ ਪਹਿਲੇ ਹਮਾਰੇ ਯਹੀ ਰੱਖਾ ਕਿੰਨਾ ਸਾਲ ਯਹੀ ਰੱਖਾ ਤਾਂ ਉਸਕੇ ਬਾਅਦ ਮੈਂ ਗੁਰਦੁਆਰਾ ਮੈਂ ਉਹ ਲੈ ਜਾ ਕੇ ਵਾ ਬਣਾਇਆ अच्छा उधर फिर गुरुद्वारा नया बना लिया हमारे गुरु माता ने बना दिया वो ठीक है जी गुरु नानक पाशा ਦੇ ਚਰਨ ਜਿਹੜੀ ਜਗ੍ਹਾ ਤੇ ਪਏ ਹੋਣ ਤੇ ਉਹ ਜਗ੍ਹਾ ਮਤਲਬ ਅੱਜ ਇਹ ਹਾਲਾਤਾਂ ਚ ਹੋਏ ਹਨ ਦੇਖਣਾ ਥੋੜਾ ਜਿਹਾ ਮਨ ਨੂੰ ਵੀ ਥੋੜਾ ਜਿਹਾ ਉਹ ਕਰਦਾ ਹੈਗਾ ਵੀ ਇਹ ਕਿਵੇਂ ਦੇ ਹਾਲਾਤ ਹੋਏ ਪਏ ਐ ਸਾਨੂੰ ਦੁਨੀਆ ਭਰ ਚ ਵਸਦੇ ਸਿੱਖਾਂ ਨੂੰ ਜਾਂ ਸ਼੍ਰੋਮਣੀ ਕਮੇਟੀ ਨੂੰ ਜੇ ਕੋਈ ਵੀ ਮੈਂਬਰ ਜਾਂ ਪੰਜਾਬ ਗਵਰਨਮੈਂਟ ਹੈ ਨਾ ਜਾਂ 네ਪਾਲ ਦੇ ਦਾ ਵੈਸੇ ਤਾਂ ਕਹਿੰਦੇ ਆ ਕਹਿੰਦੇ ਇਹ ਕੇਸ ਵਗੈਰਾ ਵੀ ਇਹਨਾਂ ਦਾ ਚੱਲ ਰਿਹਾ ਕੋਰਟ ਚ ਗੁਰਦੁਆਰਾ ਸਾਹਿਬ ਨੂੰ ਲੈ ਕੇ ਜਿੰਨੇ 네ਪਾਲ ਚ ਰਹਿੰਦੇ ਆ ਇਹ ਸਾਰੇ ਮੈਨੇਜਮੈਂਟ ਇਹ ਵੀ ਇਹਨਾਂ ਨੇ ਦੇਖਰੇਖ ਕਰ ਰਹੇ ਆ ਪਰ ਇੱਥੋਂ ਦੀ ਗਵਰਨਮੈਂਟ ਨੂੰ ਵੀ 네ਪਾਲ ਦੇ ਨੂੰ ਚਾਹੀਦਾ ਵੀ ਇਹਨੂੰ ਸੇਵਾ ਸੰਭਾਲ ਕਰਨ ਹਨ ਇਹਨਾਂ ਨੇ ਥੋੜਾ ਜਿਹਾ ਸਥਾਨ ਵਧੀਆ ਬਣਾਉਣਾ ਇਹ 네ਪਾਲ ਦੀ ਗਵਰਨਮੈਂਟ ਨੇ ਕਹਿੰਦੇ ਆ ਵੀ ਥੋੜਾ ਜਿਹਾ ਕਰਵਾਇਆ ਪਹਿਲਾਂ ਤਾਂ ਕਹਿੰਦੇ ਇਹ ਮਿੱਟੀ ਦਾ ਹੁੰਦਾ ਸੀ ਸਾਰਾ ਉੱਪਰੋਂ ਚਾਉਂਦਾ ਹੁੰਦਾ ਸੀ ਪਰ ਜਿੰਨਾ ਕੋ ਗਵਰਨਮੈਂਟ ਕਰਾ ਸਕਦੀ ਹੈ ਮਿਨੋਰਟੀਜ਼ ਨੇ ਕਿਉਂਕਿ ਇੱਥੇ ਸਿੱਖ ਉਹਨਾਂ ਕਰਵਾਇਆ ਹੈ ਸਾਰੀ ਇਮਾਰਤ ਉਹਨਾਂ ਨੇ ਉੱਪਰੋਂ ਆ ਛੱਤ ਬਦਲਵਾ ਕੇ ਸਾਰੀ ਨਮੀ ਪਵਾਈਏ ਇਹਨਾਂ ਦੇ ਮਾਤਾ ਜੀ ਦੇ ਦੱਸਣ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਹਾਜ਼ਰ ਨਾਜ਼ਰ ਗੁਰੂ ਮੰਨਦੇ ਆ ਹਨ ਤੇ ਆਪਾਂ ਸੇਵਾ ਸੰਭਾਲ ਕਰਦੇ ਆ ਪਰ ਇੱਥੇ ਦੇਖੋ ਇੱਥੇ ਉੱਪਰ ਛੱਤ ਤੇ ਪੱਖਾ ਵੀ ਨਹੀਂ ਹੈਗਾ ਗਰਮੀ ਇਹ ਕਹਿੰਦੇ ਇੰਨੀ ਹੁੰਦੀ ਹੈ ਤੇ ਏਸੀ ਦੀ ਸਹੂਲਤ ਤਾਂ ਬਹੁਤ ਦੂਰ ਦੀ ਗੱਲ ਹੈ ਪੱਖੇ ਵੀ ਨਹੀਂ ਹੈਗੇ ਏ ਸਿਚੁਏਸ਼ਨ ਹੈ ਬਾਹਰਲਾ ਪਾਸਾ ਹੁਣ ਮੈਂ ਤੁਹਾਨੂੰ ਦਿਖਾਉਣਾ ਦਰਬਾਰ ਸਾਹਿਬ ਦੇ ਦੁਆਰਾ ਬਾਹਰ ਜਾ ਕੇ ਇਹ ਪੂਰੀ ਜਗ੍ਹਾ ਕਿਸ ਕਾ ਗਵਰਨਰ ਸਰਕਾਰੀ ਗਵਰਨਮੈਂਟ ਕਾ ਹੈ ਸਰਕਾਰੀ ਗਵਰਨਮੈਂਟ ਕਾ ਹੈ ਜੇ ਫਿਰ ਜਗ੍ਹਾ ਆਪਕੇ ਪਾਸ ਇਹ ਅਭੀ ਜਗ੍ਹਾ ਜਹਾਂ ਪਰ ਇਹ ਗੁਰਦੁਆਰਾ ਹੈ ਜੇ ਕਿਸਕੇ ਨਾਮ ਹੈ ਇਹ ਗੁਰਦੁਆਰਾ ਹੈ ਤਾਂ ਅਭੀ ਕਿਸਕੇ ਇਹ ਗਵਰਨਮੈਂਟ ਕੇ ਨਾਮ ਹੀ ਹੈ ਕਿਸਕੇ ਨਾਮ ਹੈ ਇਹ ਤਾਂ ਗਵਰਨਮੈਂਟ ਕੇ ਨਾਮ ਹੀ ਹੈ ਗਵਰਨਮੈਂਟ ਕੇ ਨਾਮ ਹੀ ਹੈ ਠੀਕ ਹੈ ਇਹ ਅਸਲ ਚ ਨਾ ਰਾਜੇ ਦੀ ਜਗ੍ਹਾ ਹੁੰਦੀ ਸੀਗੀ ਪਹਿਲਾਂ ਮਤਲਬ ਦਰਬਾਰ ਸਕੁਆਇਰ ਇੱਥੇ ਹੁੰਦਾ ਸੀਗਾ ਜੇ ਥਾਪਾ ਥਲੀ ਦਰਬਾਰ ਹੁੰਦਾ ਸੀ ਇਹ ਦੱਸਦੇ ਪ ਤੇ ਆ ਦੇਖ ਲੋ ਇੰਨਾ ਕੇ ਗੇਟ ਹੈਗਾ ਇਹ ਤੇ ਦਰਬਾਰ ਸਾਹਿਬ ਦਾ ਤੇ ਇੱਥੋਂ ਆਪਾਂ ਥੱਲੇ ਚਲਦੇ ਹੁਣ ਇਹ ਬਾਹਰਲੇ ਪਾਸੇ ਦਿਖਾਉਣਾ ਤੁਹਾਨੂੰ ਇਧਰ ਤਾਂ ਸਾਰੀ ਗਵਰਨਮੈਂਟ ਦੀ ਜਗ੍ਹਾ ਹੁਣ ਜਿਹੜੀ ਆ ਸਾਫ ਸੁਥਰੀ ਹੈ ਜਿਹੜੀ ਸਾਹਮਣੇ ਦਿਖ ਰਹੀ ਹੈ ਬਟ ਇਧਰਲੇ ਪਾਸੇ ਇਹ ਵੀ ਸਾਰੀ ਸਰਕਾਰ ਦੀ ਜਗ੍ਹਾ ਹੈਗੀ ਨਾਮ ਸਰਕਾਰ ਦੀ ਹੈ ਤੇ ਹੋ ਸਕਦਾ ਮਤਲਬ ਗੁਰੂ ਪਾਤਸ਼ਾਹ ਇੱਥੇ ਆਏ ਹੁਣ ਇਹੀ ਜਗ੍ਹਾ ਹੋਵੇ ਸਾਮੀ ਹੈ ਨਾ ਕਿਉਂਕਿ ਥਾਂ ਸਮੇਂ ਦੇ ਨਾਲ ਥਾਵਾਂ ਬਦਲ ਜਾਂਦੀਆਂ ਲੈ ਵੀ ਹੁਣ ਬਾਹਰਲੇ ਪਾਸੇ ਤੁਹਾਨੂੰ ਥੋੜੇ ਜੇ ਹਾਲਾਤ ਹੋਰ ਦਿਖਾ ਦਾਂ ਇਹ ਗੁਰਦੁਆਰਾ ਸਾਹਿਬ ਦਾ ਗੁਰੂ ਨਾਨਕ ਪਾਸ਼ਾ ਦੀ ਫੋਟੋ ਵੀ ਛਾਪੀ ਹੋਈ ਹੈ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਪਹਿਲਾਂ ਇਹ ਹੁਣ ਪਹਿਲੇ ਦਰਬਾਰ ਜੇ ਇਹ ਹੋਇਆ ਕਰਤਾ ਥਾ ਜੇ ਸਾਹਮਣੇ ਵਾਲਾ ਹੈ ਕਿਸ ਕਾ ਅੱਛਾ ਬਦਰੀਨਾਥ ਦਾ ਮੰਦਿਰ ਹੈ ਇਹ ਮੈਨੇ ਸੋਚਿਆ ਇਹ ਫੋਟੋ ਛਾਪਾ ਹੋਇਆ ਹੈ ਗੁਰਨਾਨਕ ਦੇਵ ਜੀ ਕਾ ਇਸ ਲਈ ਪਹਿਲੇ ਸੇ ਥਾ ਸ੍ਰੀ ਚੰਦਰ ਦੇਵ ਜੀ ਹਮਾਰੇ ਗੁਰੂ ਜੀ ਹੈ ਸ੍ਰੀ ਚੰਦੇਵ ਅੱਛਾ ਗੁਰੂ ਹੈ अच्छा वो आप उदासीन महंत उनमें आ जाते हैं उदासीन में ठीक है ठीक है, है उदासीन है, में आते हैं ठीक है ठीक है इसलिए उनका फोटो बनाया है ये अंदर उनका मंदिर है ठीक है ये भी उदासीन का होता है ना जो जे जब से ये खडा है आपको स्थापना हुआ है तब से ये फोटो लगी हुई है अच्छा जे जे दूना इस साइड बनाया हुआ है ये भी उदासीन बनाते हैं ठीक है इसमें सब दिन अखंड वो पाठ होते हैं अच्छा जेड़े श्रीचंद जी के बाबा श्रीचंद जी ते गुरु नानक पासा जी ਦੇ ਸੁਪੁੱਤਰ ਸੀਗੇ ਤੇ ਉਹਨਾਂ ਨੇ ਇਹ ਜਗਾਵਾਂ ਤੇ ਜਿੱਥੇ ਜਿੱਥੇ ਗੁਰੂ ਪਾਤਸ਼ਾਹ ਆਪਣੀਆਂ ਦਸਿਆਨ ਦਰਾਨ ਪੂਰੇ ਜੀਵਨ ਚ ਗਏ ਐ ਤੇ ਬਾਅਦ ਚੋਂ ਉੱਥੇ ਤੁਹਾਨੂੰ ਆ ਧੂਨੇ ਜ਼ਰੂਰ ਮਿਲ ਜਾਣਗੇ। ਅਸੀਂ ਨਾ ਗੁਜਰਾਤ ਚ ਇੱਕ ਗੁਰਦੁਆਰਾ ਸਾਹਿਬ ਦੇਖਿਆ ਸੀ ਲਖਪਤ ਤੇ ਉੱਥੇ ਵੀ ਇਹ ਧੂਨਾ ਸਾਨੂੰ ਮਿਲਿਆ ਸੀ। ਉੱਥੇ ਅੱਜ ਵੀ オリジナル ਘਰ ਆ ਉਹ 500 ਸਾਲ ਪੁਰਾਣਾ ਘਰ ਹੈ। ਉੱਪਰ ਜੇ ਤੁਸੀਂ ਵੀਡੀਓ ਦੇਖਣ ਆਈ ਬਟਨ ਤੇ ਮਤਲਬ ਲਿੰਕ ਕਰ ਲਓ ਉੱਪਰ ਤੁਹਾਨੂੰ ਦਿਖ ਰਹੀ ਹੋ ਉਹ ਤੁਸੀਂ ਵੀਡੀਓ ਜਾ ਕੇ ਦੇਖ ਸਕਦੇ ਹੋ। ਉੱਥੇ ਵੀ ਇਸ ਤਰ੍ਹਾਂ ਦਾ ਧੂਨਾ ਸਾਨੂੰ ਦੇਖਿਆ ਮਿਲਿਆ ਸੀ ਕਿਉਂਕਿ ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਗਏ ਐ ਉ ਆਪਣੀ ਲਾਈਫ ਚ ਜਿਵੇਂ ਤੁਹਾਨੂੰ ਦੱਸ ਕੇ ਹਟੇ ਮੈਂ ਉੱਥੇ-ਉੱਥੇ ਪਿੱਛੋਂ ਬਾਬਾ ਸ਼ੇਰੀ ਚੰਦ ਜੀ ਗਏ ਤੇ ਉਹਨਾਂ ਨੇ ਉਹ ਜਗਾਵਾ ਲੱਭੀਆਂ ਫਿਰ ਉੱਥੋਂ ਪਿੱਛੋਂ ਜਿਵੇਂ ਇਹ ਉਦਾਸੀ ਨਮਹੰਤ ਨੇ ਉਦਾਸੀ ਨਮਹੰਤਾ ਨੇ ਉਹਨਾਂ ਦੇ ਦੇਖ ਰੇਖੇ ਹੀਟਾਂ ਆ ਗਈਆਂ ਚੀਜ਼ਾਂ ਤਾਂ ਕਰਕੇ ਸਮੇਂ-ਸਮੇਂ ਤੋਂ ਮਤਲਬ ਸੌਵਾਂ ਸਾਲਾਂ ਤੋਂ ਅਹੀਂ ਚੱਲਦਾ ਆ ਰਿਹਾ ਵੈਸੇ ਇਤਿਹਾਸ ਕੋਈ ਜ਼ਿਆਦਾ ਪੁਰਾਣਾ ਤਾਂ ਹੈ ਨਹੀਂ 500 ਸਾਲ ਪੁਰਾਣੀ ਹੈ ਤੇ ਇੱਥੇ ਖੂਹ ਦੱਸ ਦੇ ਇੱਕ ਕਿਨੇ ਪ੍ਰਾਤਨ ਖੂਹ ਆ ਇਹ ਮਤਲਬ ਉਦੋਂ ਦਾ ਹੈ ਵੀ ਬਹੁਤ ਪੁਰਾਣਾ ਇਹ ਤੇ ਮੰਤਰ ਲਿਖੇ ਹੋਏ ਆ ਕਹਿੰਦੇ ਇਹ ਵੈਸੇ ਰੱਖੋ ਇਸ ਵਿੱਚ ਪਾਣੀ ਹੈ ਵੀ ਜਾਂ ਬਰਾ ਹੋਇਆ ਹੈ ਪਾਣੀ ਆ ਵੀ ਅੱਛਾ ਇਹ ਪਾਣੀ ਸੀ ਅੱਛਾ ਇਹਹੀ ਪਾਣੀ ਪੀਤੇ ਹੋ ਆਪ ਅੱਛਾ ਇਹ ਚ ਪਾਣੀ ਵੀ ਹੈਗਾ ਦੇਖ ਕੇ ਛਿਪਕ ਲਿਖਿਆ ਅੱਛਾ ਇੱਕ ਖੂਹ ਹੈਗਾ ਤੇ ਇਧਰਲੇ ਪਾਸੇ ਇਹ ਮੰਤਰ ਲਿਖੇ ਹੋਏ ਆ ਵੈਸੇ ਇਹ ਗੁਰਮੁਖੀ ਲਿਖੀ ਹੋਈ ਆ ਆਪਣੀ ਮੂਲ ਮੰਤਰ ਲਿਖਿਆ ਹੋਇਆ ਹੈ ਤੇ ਇਹ ਮੰਤਰ ਕਹਿੰਦੇ ਆ ਕਿ ਮੰਤਰ ਲਿਖੇ ਹੋਏ ਇਹਨਾਂ ਦੇ ਅਨਸਾਰ ਮੰਤਰ ਸੀ ਤੇ ਧੰਨ ਨੇ ਵੈਸੇ ਤਾਂ ਜਿਹੜੇ ਉਦਾਸੀਨ ਮਹੰਤਾ ਦੀ ਜਿਹੜੀ ਪਰੰਪਰਾ ਹੈ ਤੇ ਇਹਨਾਂ ਨੇ ਸਥਾਨ ਘਟੋਟ ਸਾਂਭ ਤਾਂ ਰੱਖਿਆ ਨਹੀਂ ਜਿਵੇਂ ਤੁਸੀਂ ਪਿਛਲੇ ਬਲੌਗ ਚ ਦੇਖਿਆ ਸੀ ਮਹਾਰਾਣੀ ਜਿੰਦਾਲੀ ਜਿਵੇਂ ਜਿਹੜੀ ਜਗ੍ਹਾ ਸੀ ਨੇਪਾਲ ਚੋਂ ਗਾਇਬ ਹੀ ਹੋ ਗਈ ਇਹ ਥਾਂ ਵੀ ਅੱਜ ਗਾਇਬ ਹੋ ਜਾਣੀ ਸੀਗੇ ਬਚੇ ਤਾਂ ਬਈਆ ਸਿਰਫ ਕਿਉਂਕਿ ਜਿਹੜੇ ਉਦਾਸੀਨ ਮਹੰਤਾ ਇਹ ਅੱਜ ਵੀ ਸੇਵਾ ਸੰਭਾਲ ਕਰ ਰਹੇ ਕਹਿੰਦੇ ਪਹਿਲਾਂ ਮਤਲਬ ਉਦਾਸੀਨ ਮਹੰਤਾ ਦਾ ਵੀ ਸਾਡਾ ਇੰਨਾ ਕੱਠ ਹੁੰਦਾ ਸੀਗਾ ਮਤਲਬ ਇਹ ਚ ਕੜਾ ਇੰਨਾ ਇਹ ਚ ਬਣਦਾ ਹੁੰਦਾ ਸੀ ਇਹੋ ਜਿਹੇ ਕੜਾਹਿਆਂ ਚ ਵੱਡੇ-ਵੱਡੇ ਹੁਣ ਕਹਿੰਦੇ ਬਣਾਉਣ ਵਾਲਾ ਕੋਈ ਨਹੀਂ ਇੱਥੇ ਛੱਕਣ ਵਾਲਾ ਕੋਈ ਨਹੀਂ ਆਉਣ ਵਾਲਾ ਕੋਈ ਨਹੀਂ ਤਾਂ ਕਰਕੇ ਇਹ ਹਾਲਾਤ ਹੋ ਗਏ ਇਹੋ ਜੀ ਲਓ ਜੀ ਹੁਣ ਆਪਾਂ ਪਾਈਏ ਚੱਲੇ ਬਾਹਰਲੇ ਪਾਸੇ ਕੁਝ ਹੋਰ ਦੇਖਦੇ ਆਂ ਇਹ ਬਾਹਰਲੇ ਪਾਸੇ ਉਹ ਇਹਨਾਂ ਦਾ ਰਹਿਣ ਸਹਿਣ ਹੈ ਇਧਰਲੇ ਪਾਸੇ ਇਹ ਰਹਾਇਸ਼ ਹੈ ਇਹਨਾਂ ਦੀ ਜਿਹੜੇ ਸੇਵਾ ਸੰਭਾਲ ਕਰਦੇ ਨੇ ਇੱਥੇ ਮਹੰਤ ਅਤੇ ਉਹ ਇੱਥੇ ਰਹਿੰਦੇਗੇ ਤੇ ਨਮਸਕਾਰ ਜੀ ਕਿਵੇਂ ਹੋ ਠੀਕ ਹੋ ਤੇ ਇੰਨਾ ਕਿਆ ਇਹ ਦਰਬਾਰ ਖਾਲ ਸੀਗਾ ਆਪਾਂ ਉੱਪਰ ਪਰਾਂ ਵਾਲੇ ਪਾਸੇ ਇਹਦੇ ਨਾਲ ਇੱਥੇ ਆਏ ਸੀਗੇ ਉੱਪਰਲੇ ਪਾਸੇ ਉਹ ਉਹ ਦਰਬਾਰ ਖਾਲ ਸੀ ਇੰਨਾ ਪਿਛਲੇ ਪਾਸੇ ਕੁਝ ਹੋਰ ਇਮਾਰਤਾਂ ਗਈ ਇਹ ਇੰਨਾ ਕੀ ਹੈ ਮਤਲਬ ਜਗਾ ਇਹ ਇੰਨੀ ਗੇਬਾਰਲੇ ਪਾਸੇ ਕਾਫੀ ਲੰਬੀ ਜਗਾ ਗਈ ਮਤਲਬ ਥਾਂ ਤਾਂ ਬਹੁਤ ਹੈਗਾ ਪਰ ਕਿਤੇ ਵਿਉਂਤਬੰਦੀ ਚ ਉਹ ਸਾਬ ਜੀ ਨਹੀਂ ਹੈਗਾ ਜਿਵੇਂ ਆ ਦੇਖੋ ਆ ਇੰਨਾ ਥਾਂ ਐਵੇਂ ਹੀ ਪੈ ਗਿਆ ਦੱਸਦੇ ਹੈ ਸਾਰਾ ਇਹ ਮਤਲਬ ਜਿਵੇਂ ਕਹਿੰਦੇ ਵੀ ਗਵਰਨਮੈਂਟ ਦਾ ਹੀ ਹੈ ਜੀ ਕੱਲ ਮਿਲਤੇ ਆਂ ਠੀਕ ਹੈ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਤੇ ਹੁਣ ਆਪਾਂ ਚੱਲਦੇ ਆਂ ਬਈ ਦੂਜੇ ਗੁਰਦੁਆਰਾ ਸਾਹਿਬ ਤੇ ਉਹਦੇ ਦਰਸ਼ਨ ਕਰਾਉਨੇ ਆ ਤੁਹਾਨੂੰ ਤੇ ਜਾ ਕੇ ਇਹ ਮਤਲਬ ਗੁਰੂ ਜੀ ਨੇ ਨਮਸਕਾਰ ਜੀ ਕੈਸੇ ਹੋ ਠੀਕ ਠਾਕ ਹੋ ਹਾਂ ਜੀ ਠੀਕ ਆ আচ্ছা ਔਰ ਸੇਤ ਠੀਕ ਹੈ ਜੀ ਠੀਕ ਹੈ ਚਲੋ ਠੀਕ ਹੈ ਮਿਲਤੇ ਆਂ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਾਡੇ ਗੁਰੂ ਜੀ ਜਿसे ਪੁੱਛਿਆ ਹਮਕੋ ਉਤਨਾ ਨਹੀਂ ਹਾਂ ਤੇ ਅੱਛਾ ਕੱਲ ਆਏਗੇ ਫਿਰ ਹਮ ਦੁਬਾਰਾ ਹੈ ਕੱਲ ਆਏਗੇ ਫਿਰ ਬਾਤੇ ਕਰਾਂਗੇ ਠੀਕ ਹੈ ਜੀ ਚੰਗਾ ਜੀ ਤੇ ਇਹ ਕਹਿੰਦੇ ਵੀ ਇੱਥੇ ਇੱਕ ਮਤਲਬ ਮਿਊਜ਼ੀਅਮ ਹੈ ਉੱਥੇ ਗੁਰਨਾਨਕ ਪਾਤਸ਼ਾਹ ਦਾ ਉਹ ਪਿਆ ਸਮਾਨ ਪਿਆਗਾ ਤੇ ਕੁਝ ਉਹ ਟਾਈਮ ਦਾ ਪ੍ਰਾਤਨ ਦੱਸਦੇ ਆ ਵੈਸੇ ਅਸੀਂ ਕੱਲ ਨੂੰ ਦੁਬਾਰਾ ਦੇਖਣ ਆਵਾਂਗੇ ਤੇ ਉਹ ਚੀਜ਼ਾਂ ਵੀ ਤੇ ਜੇ ਮਿਲੀਆਂ ਇਹਨਾਂ ਨੂੰ ਦੇਖਣ ਨੂੰ ਕੁਝ ਇਹ ਪਹਿਲਾਂ ਦਰਬਾਰ ਹਾਲੇ ਹੁੰਦਾ ਹੋਣਾ ਪੁਰਾਣੇ ਟਾਈਮ 'ਚ ਮੈਂ ਸ਼ੁਰੂ 'ਚ ਦੱਸਿਆ ਸੀ ਨਾ ਵੀ ਕੋਈ ਇਮਾਰਤ ਓਵੇਂ ਦੀ ਲੱਗਦੀ ਹੈ ਆ ਰਿਪਨ ਜਿਹੜੀ ਮਹਾਰਾਣੀ ਜਿੰਦ ਵਾਲੀ ਆਪਾਂ ਨੂੰ ਜਗ੍ਹਾ ਨਹੀਂ ਮਿਲੀ ਵਧੀਆ ਹੋਇਆ ਪਤਾ ਪਰ ਆ ਹਾਲਾਤ ਦੇਖ ਕੇ ਤਾਂ ਬਹੁਤ ਦੱਖ ਜ ਨਹੀਂ ਲੱਗਦਾ ਸਹੀ ਗੱਲ ਹੈ ਪਿਛਲੇ ਵਲੌਗ ਚ ਨਾ ਤੁਸੀਂ ਦੇਖਿਆ ਹੋਣਾ ਮਹਾਰਾਣੀ ਜਿੰਦਾਂ ਦਾ ਸੀ ਸਥਾਨ ਲੱਭ ਰਹੇ ਸੀ ਤੇ ਇਹ ਸਥਾਨ ਦੀ ਜੇ ਆਪਾਂ ਗੱਲ ਕਰੀਏ ਇਹਦੀ ਵੀ ਕਿੰਨੀ ਕਿਸਮ ਸੰਭਾਲ ਹੈ ਹਨਾ ਆਪਣੀ ਤਾਂ ਤਾਂ ਜਿਹੜੇ ਇੱਥੇ ਸਥਾਨ ਅੱਜ ਵੀ ਮੌਜੂਦ ਹੈ ਉਹ ਨਹੀਂ ਸੰਭੇ ਜਾਂਦੇ ਤੇ ਬਾਕੀ ਆਪਾਂ ਹੋਰਾਂ ਦਾ ਤਾਂ ਨਵੇਂ ਲੱਭ ਕੇ ਤਾਂ ਸਾਹਮਣੇ ਹੀ ਕੀ ਹੈ ਤੇ ਹੁਣ ਬਾਹਰਲੇ ਪਾਸੇ ਆ ਗਏ ਅਸੀਂ ਇਹ ਰਾਜਧਾਨੀ ਦੁਬਾਰੇ ਦੇਖਣ ਲੱਗੀ ਤੁਹਾਨੂੰ ਸੜਕ ਤੇ ਆ ਗਏ ਹੁਣ ਇੱਥੋਂ ਬੱਸ ਲੈਣੀ ਆਪਾਂ ਬੱਸ ਲੈ ਕੇ ਬਾਲਾਜੂ ਚੱਲਣਾ ਸਿੱਧਾ ਪਾਥਲੀ ਤੋਂ ਚੱਲ ਕੇ ਆਪਾਂ ਪਹੁੰਚ ਗਏ ਰਤਨਾ ਪਾਰਕ ਤੇ ਇਹੋ ਜੀ ਇਹ ਸਾਡੀ ਸਵਾਰੀ ਸੀਗੀ ਜਿਵੇਂ ਅਫਰੀਕਾ ਫਰੂਕਾ ਚ ਹੁੰਦੀ ਹੈ ਤੇ 20 20 ਰੁਪਏ ਲਏ ਇਹਨਾਂ ਨੇ ਬੱਸਾਂ ਵਾਲਾ ਕਰਾਇਆ ਸੇਮ ਹੀ ਹੁਣ ਅਸੀਂ ਇੱਥੋਂ ਬੱਸ ਲੈਣੀ ਆ ਦੁਬਾਰੇ ਬਾਲਾਜੂ ਦੀ ਬਾਲਾਜੂ ਦੂਜਾ ਗੁਰਦੁਆਰਾ ਸਭ ਦੱਸਦੇ ਆ ਜਿੰਨੇ ਮੈਂ ਤੁਹਾਡੇ ਕੋਲੇ ਨਾਮ ਲੈ ਰਿਆ ਨਾ ਬਾਲਾਜੂ ਹੋ ਗਿਆ ਥਾਪਾਥਲੀ ਹੋ ਗਿਆ ਇਹ ਕਠਮੰਡੂ ਸ਼ਹਿਰ ਦੇ ਇਲਾਕੇ ਆ ਅਲੱਗ-ਅਲੱਗ ਮਤਲਬ ਇਹ ਤੁਹਾਡੇ ਸੌਖੇ ਰੱਖਣ ਲਈ ਦੱਸ ਰਹੇ ਆ ਤੁਹਾਨੂੰ ਜਦੋਂ ਤੁਸੀਂ ਆਉਣਾ ਹੈ ਕਦੇ ਮਤਲਬ ਦਰਸ਼ਨ ਕਰਕੇ ਜਾਨੇ ਤਾਂ ਜੋ ਆਸਾਨੀ ਨਾਲ ਇੱਥੋਂ ਕਿਤੇ ਤੁਹਾਨੂੰ ਪੁੱਛਣ ਦੀ ਲੋੜ ਨਾ ਪਵੇ ਏਰੀਏ ਦਾ ਪਤਾ ਹੋਵੇ ਬਸ ਵੀ ਆ ਰਹੀ ਹੈ ਜਾਣਾ ਵੈਸੇ ਗੂਗਲ ਮੈਪ ਤੇ ਵੀ ਆਉਂਦਾਗਾ ਜਾਂ ਤੁਸੀਂ ਗੁਰਨਾਨਕ ਮੱਠ ਪਾ ਲਿਓ ਜਿਹੜਾ ਪਿਛਲੇ ਗੁਰਦੁਆਰਾ ਸਾਹਿਬ ਆਪਾਂ ਪਹਿਲਾਂ ਵਿਜ਼ਿਟ ਕਰਕੇ ਆਏ ਆ ਉਹਦਾ ਹੈ ਨਹੀਂਗਾ ਉਹਦਾ ਉਹਦੇ ਤੇ ਗੂਗਲ ਮੈਪ ਤੇ ਰਜਿਸਟਰਡ ਨਹੀਂ ਹੈਗਾ ਇਹੋ ਕੁਛ ਇਹੋ ਜੀ ਜਗ੍ਹਾ ਤੇ ਤਾਰੇ ਆਨੇ ਆਪਾਂ ਨੂੰ ਬਾਈ ਨੇ ਤੇ ਇਹਨੂੰ ਬਾਲਾਜੂ ਚੌਂਕ ਦੇ ਨੇੜੇ ਬੋਲਦੇ ਆ ਤੇ ਆਹ ਦਰਿਆ ਹੈ ਕੋਈ ਇਥੇ ਦਰਿਆ ਪੈਂਦਾਗਾ ਇਹ ਹੈਗਾ ਬਿਸ਼ਨੂ ਮਤੀ ਖੋਲਾ ਬ੍ਰਿਜ ਬਿਸ਼ਨੂ ਜਨਾ ਯਾਰ ਜਿੰਨੀਆਂ ਵੀ ਨਦੀਆਂ ਦੇਖੀਆਂ ਪਹਿਲਾਂ ਜਿੱਥੇ ਮਹਾਰਾਣੀ ਜਿੰਦਾ ਦਾ ਸਹਾਨ ਬਣਿਆ ਹੋਇਆ ਸੀਗਾ ਜਿਹਦੇ ਕਿਨਾਰੇ ਬਾਗਮਤੀ ਰਿਵਰ ਸੀਗਾ ਉਹ ਵੀ ਸਾਫ਼ ਨਹੀਂ ਸੀਗਾ ਪਤਾ ਨਹੀਂ ਇੱਥੇ ਤਾਂ ਸੰਗ ਨਹੀਂ ਪਹਾੜ ਨੇੜੇ ਐ ਮਾਊਂਟ ਐਵਰੇਸਟ ਨੇੜੇ ਐ ਇੱਥੋਂ ਦਾ ਬਹੁਤ ਪਿਓਰ ਪਾਣੀ ਆਉਣਾ ਚਾਹੀਦਾ ਬਟ ਇਹ ਕਠਮੰਡੂ ਸ਼ਹਿਰ ਦੀ ਸਾਰਾ ਗੰਦਮੰਦ ਇਹਨਾਂ ਦਰਿਆਵਾਂ ਵਿੱਚੋਂ ਨਹੀਂ ਰੁੜਦਾ ਜਾਂਦਾਗਾ ਤੇ ਇਧਰਲੇ ਉਹ ਸਾਹਮਣੇ ਪਾਸੇ ਦਿਖ ਰਿਹਾ ਮੈਨੂੰ ਉਹ ਉੱਥੇ ਰਹਿ ਗਿਆ ਗੁਰਦੁਆਰਾ ਸਾਹਿਬ ਆ ਪੌੜੀਆਂ ਉੱਪਰ ਨੂੰ ਚੜ ਰਹੀਆਂ ਹੈਗੀਆਂ ਤੇ ਗੁਰਨਾਨਕ ਮੱਠਾ ਜਿਹੜਾ ਪਾਲਚ ਮੰਦਿਰ ਬਹੁਤ ਹੈ ਇਹ ਗੱਲ ਹੈਗੀ ਹੈਗੀ ਮਤਲਬ ਇੰਨੇ ਪੁਰਾਣ ਇੱਕ ਗੱਲ ਦਾ ਮੈਨੂੰ ਹਮੇਸ਼ਾ ਰਿਹਾ ਹੈ ਅਜਿਹਾ ਬਲੌਗ ਬਣਾਉਂਦੇ ਹੋਏ ਦੇਖ ਕੇ ਵੀ ਜਦੋਂ ਇਹਨਾਂ ਨੇ ਸੌਆਂ ਸੌਆਂ ਜਾਂ ਹਜ਼ਾਰ ਸਾਲ ਪੁਰਾਣੇ ਮੰਦਿਰ ਸਾਹਮਣੇ ਰੱਖੇ ਹੋਏ ਆਪਣੇ ਹਨ ਤੇ ਜਿਹੜੀਆਂ ਆਪਣੀਆਂ ਥਾਵਾਂ ਸੀ ਸਿੱਖ ਇਤਿਹਾਸ ਨਾਲ ਸੰਬੰਧਿਤ ਸਥਾਨ ਸੀਗੇ ਉਹ ਵੀ ਤਾਂ ਸਾਹਮਣੇ ਜਾ ਸਕਦੇ ਸੀਗੇ ਤੇ ਬਟ ਕਿਸੇ ਨੇ ਧਿਆਨ ਨਹੀਂ ਦਿੱਤਾ ਜਾਂ ਆਪਣੇ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ ਹਨਾ ਸਿੱਖ ਸੰਗਤਾਂ ਨੇ ਕਿਸੇ ਨੇ ਤੇ ਨੇਪਾਲ ਕੁਛ ਆਪਣੇ ਲੋਕ ਹੀ ਘਟ ਆਉਂਦੇ ਆ ਤੇ ਆ ਆ ਗਿਆ ਸਾਹਮਣੇ ਵਾਲੇ ਪਾਸੇ ਜਗਾ ਇਹਦੇ ਉੱਪਰ ਜਾ ਕੇ ਜਗਾ ਬਣੀ ਹੋਈ ਹੈ ਗੁਰਨਾਨਕ ਮੱਠ ਇਹਦੇ ਉੱਪਰ ਜਾਣਾ ਹੁਣ ਆਪਾਂ ਸ਼ਾਇਦ ਉੱਪਰ ਚੜ ਕੇ ਬਣੀ ਹੋਵੇ ਇਹ ਜੰਗਲ ਦੇ ਵਿੱਚ ਕਹਿੰਦੇ ਆ ਵੀ ਇਹ ਜਗਾ ਬਣੀ ਹੋਈ ਹੈ ਮੱਠ ਹੀ ਕਿਹਾ ਜਾਂਦਾ ਇਹਨੂੰ ਗੁਰਦੁਆਰਾ ਸਾਹਿਬ ਨਹੀਂ ਕਿਹਾ ਜਾਂਦਾ ਉਸ ਟਾਈਮ ਕਹਿੰਦੇ ਜਗਤ ਨਾਰਾਇਣ ਮੱਲਾ ਇਹ ਰਾਜਾ ਹੁੰਦਾ ਸੀਗਾ ਜਦੋਂ ਗੁਰੂ ਸਾਹਿਬ ਇੱਥੇ ਆਏ ਆ 15ਵੀਂ ਸਦੀ ਦੇ ਦੌਰਾਨ ਤੇ ਆਪਣੀ ਜਿਵੇਂ ਤੀਜੀ ਉਦਾਸੀ ਨੂੰ ਗਏ ਉਹ ਤਿੱਬਤ ਜਿਹੜੀ ਮਾਨਸਰੋਵਰ ਝੀਲ ਹੈ ਨਾ ਜਿਹੜੀ ਹੁਣ ਚੀਨ ਚ ਬੰਦੀ ਹੈ ਪਹਿਲਾਂ ਤਿੱਬਤ ਚ ਹੋਇਆ ਕਰਦਾ ਸੀ ਅੱਜ ਵੀ ਜੇ ਮਾਨਸਰੋਵਰ ਝੀਲ ਵੱਲ ਜਾਣਾ ਹੋਵੇ ਤੇ ਨੇਪਾਲ ਵਿੱਚ ਦੀ ਵੀ ਰਸਤਾ ਹੈਗਾ ਤੇ ਆਪਣੇ ਵਾਲੇ ਪਾਸੇ ਵੀ ਹੈਗਾਗਾ ਸਿੱਕਮ ਵਿੱਚ ਦੀ ਵੈਸੇ ਜ਼ਿਆਦਾਤਰ ਜਿਹੜੇ ਲੋਕ ਜਾਂ ਹਰੇਕ ਸਾਲ ਜਥਾ ਜਾਂਦੇਗਾ ਉਹ ਉੱਤਰਾਖੰਡ ਵਿੱਚੋਂ ਦੀ ਜਾਂਦਾ ਹੈ ਜਾਂ ਫਿਰ ਸਿੱਕਮ ਵਿੱਚੋਂ ਦੀ ਜਾਂਦਾ ਹੈਗਾ ਵੈਸੇ ਤਾਂ ਸਾਡਾ ਸਾਰੀ ਦੁਨੀਆ ਦੇਖਣ ਦਾ ਹੀ ਮਨ ਹੈ ਤੁਹਾਨੂੰ ਅਸੀਂ ਕਹਿ ਨਹੀਂ ਹੁੰਨੇ ਆ ਪਰ ਮਾਨਸਰੋਵਰ ਝੀਲ ਤੇ ਸੁਮੇਰ ਪਹਾੜ ਉਹ ਵੀ ਅਸੀਂ ਜ਼ਰੂਰ ਦੇਖਨੇ ਆਂ ਸਾਡਾ ਖਾਸ ਹੈ ਕਿਉਂਕਿ ਅਸੀਂ ਕਈ ਵਾਰੀ ਆਪਸ ਵਿੱਚ ਡਿਸਕਸ ਕਰਦੇ ਹੁੰਨੇ ਆਂ ਤੇ ਯਾਰ ਮਾਨਸਰੋਵਰ ਝੀਲ ਵੀ ਜ਼ਰੂਰ ਦੇਖ ਕੇ ਆਈਏ ਹਨ ਜਿੱਥੇ ਕਹਿੰਦੇ ਹਾਂ ਹਾਂਸ ਚਿੱਟੇ ਹੋ ਹੋ ਨਿਕਲਦੇ ਬੜਾ ਸੁਣਿਆ ਉਹਦੇ ਬਾਰੇ ਪਰ ਕਈ ਵਾਰੀ ਨਾ ਵੀਜ਼ਿਆਂ ਦੀਆਂ ਜਾਂ ਦੇਸ਼ਾਂ ਦੀਆਂ ਪਾਬੰਦੀਆਂ ਹੁੰਦੀਆਂ ਬੰਦਸ਼ਾ ਹੁੰਦੀ ਹੈ ਬੰਦਾ ਨਹੀਂ ਜਾ ਸਕਦਾ ਬੰਦਾ ਕਰੇ ਤਾਂ ਕੀ ਕਰੇ ਜੇ ਇੰਡੀਆ ਨੂੰ ਕਿਸੇ ਬੰਦੇ ਨੇ ਜਾਣਾ ਹੋਵੇ ਘੱਟੋ ਘੱਟ 3-4 ਲੱਖ ਰੁਪਏ ਖਰਚਾ ਹੁੰਦਾ ਹੈ ਇੱਕ ਬੰਦੇ ਦਾ ਵੈਸੇ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਤਾਂ ਜਰਨਲ ਉਹ ਜਿੱਤ ਦਾ ਜਿੱਤ ਦਾ ਤਿੱਬਤ ਮਾਨ ਸਰੋਵਰ ਝੀਲ ਤੱਕ ਚਲ ਕੇ ਸੀ ਅੱਜ ਵੀ ਕਹਿੰਦੇ ਜਿਹੜੀਆਂ ਉਹਨਾਂ ਦੀਆਂ ਜਿਹੜੇ ਮਤਲਬ ਅਸਥੀ ਐ ਉਹ ਉੱਥੇ ਰੱਖੀਆਂ ਹੋਈਆਂ ਤਿੱਬਤ ਮਾਨ ਸਰੋਵਰ ਝੀਲ ਦੇ ਕੋਲ ਉੱਥੇ ਉਹਨਾਂ ਦੀ ਇੱਕ ਯਾਦਗਾਰ ਬਣਾਈ ਹੋਈ ਹੈ ਮੇਰਾ ਅਸਲ ਚਾਹ ਉਹ ਵੀ ਦੇਖਣ ਦਾ ਮਨ ਵੀ ਉਹ ਉਹ ਚੀਜ਼ ਦੇਖੀ ਜਾਵੇ ਇਹ ਆ ਗਿਆ ਜੀ ਜੋ ਮਠ ਮਾਤਰ ਜਾਣੇ ਬਾਟੇ ਹੋ ਆਰ ਪਾਰ ਗਨੇ ਬਾਟੇ ਛਣ ਇਹ ਪ੍ਰਾਚੀਨ ਉਦਾਸੀਨ ਗੁਰਨਾਨਕ ਮਠਾ ਦੇਖੋ ਲਿਖਿਆ ਹੈ ਇਹ ਗੁਰਦੁਆਰਾ ਸਾਹਿਬ ਹੈ ਸ਼ਾਇਦ ਕੋਈ ਪ੍ਰੋਗਰਾਮ ਹੈ ਅੰਦਰ ਤਾਂ ਕਰਕੇ ਮਤਲਬ ਆ ਸਜਾਇਆ ਹੋਇਆਗਾ ਬਾਹਰਲੇ ਪਾਸਿਓਂ ਅੰਦਰੋਂ ਵੀ ਕਾਫੀ ਸਜਾ ਰਖਿਆ ਹੈ ਪਿੱਛੇ ਨਾ ਕੁਝ ਹੋਰ ਸੀਗਾ ਪ੍ਰੋਗਰਾਮ ਇਹਦੇ ਅੰਦਰ ਮੰਦਿਰ ਵੀ ਬਣਿਆ ਹੋਇਆ ਇੱਕ Hindu ਮੰਦਿਰ ਬਣਿਆ ਹੋਇਆ ਤੇ ਆ ਜਗ੍ਹਾ ਹੁਣ ਸਾਨੂੰ ਪਤਾ ਲੱਗੀ ਹੈ ਵੀ ਇਹਦੇ ਅੰਦਰ ਉਹ ਮੱਠ ਜਿਹੜਾ ਪੁਰਾਣਾ ਹੈਗਾ ਇੱਕ ਘਰ ਵੀ ਲੱਗ ਰਿਹਾ ਕਿਸੇ ਦਾ ਦੇਖਣ ਨੂੰ ਜਿਵੇਂ ਕੋਈ ਰਹਿائش ਹੁੰਦੀ ਹੈ ਹੈ ਇਹੀ ਹੈ ਇਹੀ ਹੈ ਹਾਂ ਇਹੀ ਹੈ ਇਹ ਹੈ ਇਸ ਤਰ੍ਹਾਂ ਕਰਕੇ ਬਿਲਡਿੰਗ ਹੈ ਤੇ ਇਹ ਦੇਖੋ ਇਹ ਉਦਾਸੀ ਨਮਨਤਾ ਨਹੀਂ ਲਾਇਆ ਹੈ ਮੈਨੂੰ ਲੱਗਦਾ ਗੁਰੂ ਨਾਨਕ ਪਾਤਸ਼ਾਹ ਦੀ ਜਿਵੇਂ ਆਪਾਂ ਤਸਵੀਰ ਹੁੰਦੀ ਓਵੇਂ ਇਹਨਾਂ ਨੇ ਇੱਕ ਮੂਰਤੀ ਬਣਾ ਰੱਖੀ ਹੈ ਤੇ ਵੈਸੇ ਸਿੱਖੀਜ਼ਮ ਚ ਜਿਹੜਾ ਮੂਰਤੀ ਪੂਜਾ ਦਾ ਕਨਸੈਪਟ ਹੈ ਨਹੀਂ ਪਰ ਸ਼ਾਇਦ ਉਦਾਸੀ ਨਮਨਤਾ ਚ ਹੋਵੇ ਜਿਹੜਾ ਉਦਾਸੀ ਪਰੰਪਰਾ ਚ ਹੈ ਸ਼ਾਇਦ ਕਰਦੇ ਹੋਣ ਬਾਬਾ ਜੀ ਬਾਪੂ ਜੀ ਆਏ ਨੇ ਸਤਿ ਸ੍ਰੀ ਅਕਾਲ ਜੀ ਕੈਸੇ ਹੋ ਜੀ ਠੀਕ ਹੋ ਹਾਂ ਠੀਕ ਹੋ ਕਹਾਂ ਸੇ ਹੋ ਆਪ ਨੇਪਾਲ ਕੇ ਆਕਾਚਾ ਕਠਮੰਡੂ ਕੇ ਹੋ ਦਰਬਾਰ ਸਾਹਿਬ ਉੱਪਰ ਹੈ ਹਾਂ ਇਹ ਗੇਟ ਵੀ ਬੜਾ ਉਹ ਖੁੱਲਦਾ ਹੈ ਉੱਪਰ ਨੂੰ ਇਸ ਤਰ੍ਹਾਂ ਕਰਕੇ ਗੇਟ ਖੁੱਲਦਾ ਪੁਰਾਣੇ ਮੈਨੂੰ ਲੱਗਦਾ ਪੁਰਾਣਾ ਆਰਚਟੈਕਚਰ ਹੈ ਬਹੁਤ ਜ਼ਿਆਦਾ ਤਾਂ ਕਰਕੇ ਇਸ ਤਰੀਕੇ ਦਾ ਹੈ ਪਰ ਇਹ ਗੱਲ ਦੀ ਖੁਸ਼ੀ ਹੈ ਵੀ ਪੁਰਾਣੀ ਚੀਜ਼ਾਂ ਸੰਭਾਲ ਕੇ ਰੱਖੀ ਹੈ ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖਿਆ ਇਹ ਗੱਲ ਦੀ ਖੁਸ਼ੀ ਹੈ ਵਾਹਿਗੁਰੂ ਉਸ ਜੀ ਬਾਸ਼ਾ ਤੇ ਇਹ ਦਰਬਾਰ ਹਾਲ ਆ ਗਿਆ ਜੀ ਦਰਬਾਰ ਸਾਹਿਬ ਆ ਗਿਆ ਜਿਹੜੀ ਸਾਰੀ ਇਮਾਰਤ ਹੈ ਨਾ ਲੱਕੜ ਦੀ ਹੈ ਤੇ ਬਹੁਤ ਜ਼ਿਆਦਾ ਪ੍ਰਾਤਨ ਹੈਗੀ ਇਹ ਦਰਬਾਰ ਹਾਲਾ ਦਾ ਮੈਨੂੰ ਐ ਲੱਗਦਾ ਵੀ ਘਟੋ ਘਟਾ 100 ਸਾਲ ਪੁਰਾਣਾ ਦਾ ਹੋਊਗਾ ਤੇ ਬਾਕੀ ਆਪਾਂ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਸਾਰੀ ਇਹ ਦੱਸਣਗੇ ਕਿ ਕਦੋਂ ਦਾ ਇਹ ਬਣਿਆ ਹੋਇਆ ਕਦੋਂ ਤੋਂ ਸੇਵਾ ਸੰਭਾਲ ਚੱਲ ਰਹੀ ਹੈ ਇਹ ਕਿੰਨੀ ਪੁਰਾਣੀ ਹੈ ਇਹ 500 ਸਾਲ ਵੀ ਜ਼ਿਆਦਾ ਹੈ 500 ਸਾਲ ਸੇ ਜ਼ਿਆਦਾ ਹੈ ਜ਼ਿਆਦਾ ਹੈ आपको यहाँ कितना टाइम हो गया जी इधर इस जगह में सेवा करते हुए मेरा हुआ पचास पचास साल पचास साल हो गया। से ज्यादा होगा आपसे पहले आपके गुरुजी थे इधर मेरा गुरुजी थे अच्छा उस मीन ये, ये ये जगह जो इमारत है ये कितना पुराना है कौन सा ये आज ये गुरुद्वारा है हाँ। हाँ, ये तो पहले पहले तो पाँच सौ साल वो तो आपने वो नहीं रहेगा वो तो पहले लकड़ी उकड़ी सारा गला हुआ था दीवार जो ढंग है से बनी अच्छा, मेरे समय में अच्छा ये आपके समय में बनी है। हाँ जी 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 अच्छा मरम्मत हुई है आपके मरम्मत हुई है।, हुई, है। हुई है अच्छा बनी हुई है आपके से पहले 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 पांच सौ साल पहले पहले किसी का घर था जब जहाँ गुरु नानक देव जी आए थे घर नहीं था ये आश्रम में था अच्छा ये आश्रम था आश्रम था किसी साधु महात्मा साधु महात्मा जो मैंने कहा 250 साल का उम्र का साधु थे वही बैठते थे उनके साथ बात आ, आ, जी। की गुरुनानक देव जी ने गोष्ठी की उनके साथ हां जी।, जी जी ठीक है ਹੁਣ ਬਾਬਾ ਜੀ ਨੇ ਇਹ ਦਰਸ਼ਨ ਕਰਾਉਣਗੇ ਸਾਨੂੰ ਜਿਹੜੇ ਪ੍ਰਾਤਨ ਬੀੜਾਂ ਨੇ ਇੱਥੇ ਹੱਥ ਲਿਖਤ ਕਿਉਂਕਿ ਜਿਹੜੇ ਉਦਾਸੀ ਨਮਹੰਤਾਂ ਨੂੰ ਉਹਨਾਂ ਚ ਪਰੰਪਰਾ ਸੀਗੀ ਪਹਿਲਾਂ ਹੁਣ ਤਾਂ ਜਿਵੇਂ ਮਸ਼ੀਨਾਂ ਆ ਗਈਆਂ ਮਸ਼ੀਨਾਂ ਨਾਲ ਜਿਹੜੀ ਬੀੜ ਹੈ ਉਹ ਆਪਣੇ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਹ ਛਪਵਾਈ ਉਹਨਾਂ ਵੱਲੋਂ ਹੁੰਦੀ ਹੈ ਮਰਸੀ ਅੰਮਰਸਰ ਸਾਹਿਬ ਤੋਂ ਪ੍ਰਾਣੇ ਸਮੇਂ ਚ ਸਾਰੀਆਂ ਜਿੰਨੀਆਂ ਬੀੜਾਂ ਸੀਗੀਆਂ ਹੱਥ ਲਿਖਤ ਹੁੰਦੀਆਂ ਸੀਗੀਆਂ ਤੇ ਬਾਬਾ ਜੀ ਨੇ ਇਹ ਵੀ ਗੱਲ ਦੱਸੀ ਹੈ ਕੰਨੇ ਵੀ ਜਦੋਂ ਮਹਾਰਾਣੀ ਜਿੰਦਾਂ ਇੱਥੇ ਆਏ ਆ ਵੀ ਉਸ ਟਾਈਮ ਬਾਅਦੋਂ ਕੋਈ ਜਾਂ ਪੰਜਾਬ ਤੋਂ ਮਤਲਬ ਆਏ ਹੋਣਗੇ ਸਿੰਘਾਏ ਹੋਣਗੇ ਜਾਂ ਉਦਾਸੀ ਨਮਹਨ ਤੋਂ ਉਦੋਂ ਪਹਿਲਾਂ ਦੇ ਹੋਣਗੇ ਇੱਥੇ ਹਨਾ ਇਹ ਪੀੜੀ ਦਾ ਰੀੜੀ ਮਤਲਬ ਆਪਣੇ ਗੁਰੂ ਤੋਂ ਜਿਵੇਂ ਇਹਨਾਂ ਦੇ ਗੁਰੂ ਜੀ ਸੀਗੇ ਪਹਿਲਾਂ ਤੇ ਸੇਵਾ ਸੰਭਾਲ ਨੂੰ ਤੇ ਹੁਣ ਇਹ ਨੇਗੇ ਤੇ ਪ੍ਰਾਤਨ ਐਦਾਂ ਹੀ ਬੀੜਾ ਇੱਥੇ ਸੇਵਾ ਸੰਭਾਲ ਹੋ ਰਹੀ ਹੈ ਪ੍ਰਾਤਨ ਬੀੜਾਂ ਦੀ ਤੇ ਦੇਖ ਲਓ ਨੇਪਾਲ ਦੇ ਗੁਰਦੁਆਰਾ ਸਾਹਿਬ 'ਚ ਯਾਰ ਕਿੰਨਾ ਕੁਛ ਆਪਣਾ ਪ੍ਰਾਤਨ ਇਤਿਹਾਸ ਪਿਆਗਾ ਆਪਾਂ ਨੂੰ ਥੋੜਾ ਦੇਖਣ ਦੀ ਲੋੜ ਹੈ ਇਹਨੂੰ ਮਤਲਬ ਸੰਭਾਲਣ ਦੀ ਲੋੜ ਹੈ ਆਪਣੀ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੂੰ ਧਿਆਨ ਦੇਣ ਜਾਂ ਕਿਸੇ ਵੀ ਹੋਰ ਸੰਸਥਾ ਨੂੰ ਹਨਾ ਆਪਾਂ ਵਰਲਡਵਾਈਡ ਕਿੰਨਾ ਮਤਲਬ ਸਿੱਖ ਧਰਮ ਆਪਾਂ ਸੇਵਾਵਾਂ ਦਿੰਦੇ ਆ ਹਨਾ ਹਾਂ ਬੰਗਲਾਦੇਸ਼ ਚ ਮਿਨੋਰਟੀਜ਼ ਨੇ ਸਿੱਖ ਨਾਲੇ ਉੱਥੇ ਕਿੰਨੀ ਸੇਵਾ ਸੰਭਾਲ ਕਿੰਨਾ ਵਧੀਆ ਢਾਕਾ ਚ ਗੁਰਦੁਆਰਾ ਸਾਹਿਬ ਸੀਗਾ ਹਾਲਾਂਕਿ ਉੱਥੇ ਵੀ ਇੱਕ ਦੋ ਸਥਾਨ ਹੈਗੇ ਸੀ ਗੁਰਤੇਗ ਬਾਦਰਪਾਸ਼ਾ ਜੀ ਨਾਲ ਸੰਬੰਧਤ ਉਹਨਾਂ ਦਾ ਵੀ ਕੇਸ ਵਗੈਰਾ ਚੱਲ ਰਿਹਾ ਹੈ ਹਨਾ ਤੇ ਐਟਲੀਸਟ ਪਰ ਉਹ ਨਿਗਾ ਚ ਤਾਂ ਹੈਗਾ ਹਨਾ ਹਾਂ ਇਹ ਬਿਲਕੁਲ ਹੀ ਧਿਆਨ ਚ ਨਹੀਂ ਹੈਗਾ ਮਤਲਬ ਇਹ ਸਥਾਨ ਹਨਾ ਅੰਗੌਲੇ ਸਥਾਨ ਨੇ ਇਹ ਜਿਨ੍ਹਾਂ ਦਾ ਆਪਾਂ ਨੂੰ ਪਤਾ ਹੀ ਨਹੀਂ ਮਤਲਬ ਜਾਂ ਸਿੱਖ ਸੰਗਤ ਨੂੰ ਨਹੀਂ ਪਤਾ ਵੀ ਇਹ 체 ਇਹ ਜੇ ਸਥਾਨ ਹੈਗੇ ਨੇ ਸਪੈਸ਼ਲੀ ਆ ਸਾਡੇ ਕਰਕੇ ਬਾਬਾ ਜੀ ਨੇ ਪ੍ਰਕਾਸ਼ ਕੀਤਾ ਵੈਸੇ ਜਿਹੜੀ ਇਹ ਬੀੜ ਹੈ ਬਿਰਧ ਹੈਗੀ ਕਹਿੰਦੇ ਬਿਰਧ ਹੋਣ ਦੇ ਕਰਕੇ ਮਤਲਬ ਇਹਨਾਂ ਦਾ ਕਹਿੰਦੇ ਅਸੀਂ ਪ੍ਰਕਾਸ਼ ਨਹੀਂ ਕਰਦੇ ਹੈਗੇ ਤੇ ਮੈਨੂੰ ਐਸੀ ਇੱਕ ਵਾਰ ਤੁਹਾਨੂੰ ਸਾਰੀ ਸੰਗਤ ਨੂੰ ਦਰਸ਼ਨ ਜ਼ਰੂਰ ਕਰਵਾ ਵਾਹਿਗੁਰੂ ਜੀ ਬੋਸ ਜੜੀ ਇਹ ਬੀੜ ਹੈ ਨਾ ਵੈਸੇ ਵੀ ਇਹ ਲੜੀਵਾਰ ਹੈ ਜਿਵੇਂ ਹੁਣ ਜਿੰਨੀਆਂ ਬੀੜਾਂ ਆਉਂਦੀਆਂ ਗੁਰੂ ਮਹਾਰਾਜ ਦੀਆਂ ਤੇ ਉਹ ਸਾਰੇ ਮਤਲਬ ਵਿੱਚ ਅ ਅੱਖਰਾਂ ਦੇ ਜਿਹੜਾ ਠਹਿਰਾਅ ਹੁੰਦਾ ਹੈਗਾ ਮਤਲਬ ਜਦੋਂ ਆਪਾਂ ਪਾਠ ਕਰਦੇ ਹਾਂ ਨਾ ਉਹਦਾ ਤੇ ਇੱਥੇ ਸਾਰਾ ਇਹ ਲੜੀਵਾਰ ਆ ਪਤਾ ਲੱਗਦਾ ਵੀ ਪ੍ਰਾਤਨ ਹੈ ਬਹੁਤ ਜ਼ਿਆਦਾ ਟਾਕਾ ਚ ਵੀ ਅਸੀਂ ਦੇਖੀ ਸੀ 300 ਸਾਲ ਪੁਰਾਣੀ ਬੀੜ ਸੀਗੀ ਟਾਕਾ ਦੇ ਵਿੱਚ ਹਨ ਉਹ ਵੀ ਕਹਿੰਦੇ ਸੀਗੇ ਤੇ ਆਪਣੇ ਪੰਜਾਬ ਚ ਜਾਂ ਆਪਣੇ ਮਤਲਬ ਗੁਰਦੁਆਰਾ ਸਾਹਿਬਾਂ ਚ ਇਹ ਪ੍ਰਾਤਨ ਸਾਰੀਆਂ ਚੀਜ਼ਾਂ ਰਹੀਆਂ ਨਹੀਂ ਹੈਗੀਆਂ ਤੇ ਇੱਥੇ ਦੇਖ ਲਓ ਮਤਲਬ ਕਿੰਨੀਆਂ-ਕਿੰਨੀਆਂ ਪ੍ਰਾਤਨ ਚੀਜ਼ਾਂ ਇੰਡੀਆ ਤੋਂ ਬਾਹਰ ਪਈਆਂ ਤੇ ਤਾਂ ਹੀ ਮੈਂ ਕਹਿੰਦਾ ਸੀਗਾ ਪਹਿਲਾਂ ਵੀ ਸੇਵਾ ਸੰਭਾਲ ਦੀ ਜ਼ਰੂਰਤ ਹੈ ਧਿਆਨ ਦੇਣ ਦੀ ਜ਼ਰੂਰਤ ਹੈ ਇਹ ਬਾਬਾ ਜੀ ਪ੍ਰਕਾਰ ਇਹਦੇ ਇਸ ਤੇ ਬਾਬਾ ਜੀ ਡੇਟ ਹੈ ਕੋਈ ਡੇਟ ਨਹੀਂ ਲਿਖਿਆ ਇਸ ਵਿੱਚ ਅੱਛਾ ਇਸ ਤੇ ਡੇਟ ਨਹੀਂ ਲਿਖਿਆ ਨਹੀਂ ਲਿਖਾ ਅੱਛਾ ਵੈਸੇ ਇਹ ਹੱਥ ਲਿਖਤਾ ਸਾਰਾ ਹਾਂ ਤੇ ਸਾਥ ਸੇ ਲਿਖਾ ਹੋਇਆ ਹਾਂਜੀ ਉਹ ਪਹਿਲੇ ਬਾਸ ਕਾ ਕਲਮ ਸੇ ਲਿਖਾ ਹੋਇਆ ਇਹ ਦੇਖੋ ਇਹ ਹੱਥ ਨਾਲ ਲਿਖੀ ਹੋਈ ਹੈ ਸਾਰੀ ਆਹ ਵੀ ਜਿਹੜਾ ਡਿਜ਼ਾਈਨ ਕੀਤਾ ਹੋਇਆ ਹੈ ਨਾ ਇਹ ਸਾਰਾ ਇਹ ਵੀ ਹੱਥ ਨਾਲ ਮਤਲਬ ਚ ਡਿਜ਼ਾਈਨ ਛਾਪਿਆ ਹੋਇਆ ਟਾਕਾ ਚ ਦੇਖਿਆ ਸੀ ਉਹ ਸੁਨਹਿਰੀ ਮਤਲਬ ਉਹਦੇ ਨਾਲ ਲਿਖੀ ਹੋਈ ਸੀਗੀ ਹਾਂ ਉਥੇ ਬਾਬਾ ਜੀ ਸੀਗੇ ਉਹਨਾਂ ਨੇ ਦਰਸ਼ਨ ਕਰਾਈ ਸੀ ਹੱਥ ਲਿਖਤ ਬੀੜ ਸੀ ਉਹ ਵੀ ਤੇ ਇਹ ਦੇਖੋ ਬਹੁਤ ਵਿਰਧ ਹੈ ਬਹੁਤ ਜ਼ਿਆਦਾ ਬੀੜ ਇਹ ਜਿਹੜੇ ਬੀੜ ਦੇ ਅੰਗ ਹੈ ਉਹ ਵੀ ਬਾਬਾ ਜੀ 1554 ਦੱਸਦੇ ਆ ਇਹ ओरिजिनल ਬਾਬਾ ਜੀ ਦੇ ਦੱਸਣ ਅਨੁਸਾਰ ਇਹ ओरिजिनल ਘਰ ਹੈ ਸਾਰਾ ਜਿੱਥੇ ਗੁਰੂ ਨਾਨਕ ਪਾਸ਼ ਆਏ ਸੀ ਮਤਲਬ ਥਾਂ ਉਹੀ ਆ ਤੇ ਮਰੰਮਤ ਹੋਈ ਹੋਈ ਹੈ ਜੀ ਕਹਿੰਦੇ ਮਰੰਮਤ ਤਾਂ ਮੇਰੇ ਹੁੰਦੀ ਹੋਈ ਹੈਗੀ ਤੇ ਸਾਰੀ ਉਹੀ ਜਗ੍ਹਾ ਮੈਨੂੰ ਨਾ ਇਹ ਦਰਬਾਰ ਹਾਲ ਨੂੰ ਦੇਖ ਕੇ ਥੋੜੀ ਥੋੜੀ ਗੁਰਦੁਆਰਾ ਮਨੀਕਰਨ ਦੀ ਵੀ ਯਾਦ ਆ ਰਹੀ ਹੈ ਉੱਥੇ ਗੁਰਦੁਆਰਾ ਸਾਹਿਬ ਦਾ ਜਿਹੜਾ ਮਤਲਬ ਦਰਬਾਰ ਹਾਲ ਹੈ ਉਹਦੇ ਵਿੱਚ ਅੰਦਰਲੇ ਪਾਸੇ ਮੰਦਰ ਬਣੇ ਹੋਏ ਇੱਕ ਉੱਥੇ ਵੀ ਇਸ ਤਰ੍ਹਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਸਾਰੇ ਵਿੱਚ ਹੀ ਹਿੰਦੂਇਜ਼ਮ ਨਾਲ ਸੰਬੰਧਿਤ ਵਿੱਚ ਹੀ ਇਸਲਾਮ ਨਾਲ ਸਾਰੀਆਂ ਤਾਂ ਉੱਥੇ ਤਸਵੀਰਾਂ ਵਿੱਚ ਹੀ ਸਿੱਖੀਜ਼ਮ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਇਹ ਇੱਥੇ ਨਾ ਬਹੁਤ ਪੁਰਾਣੀਆਂ-ਪੁਰਾਣੀਆਂ ਤਸਵੀਰਾਂ ਲੱਗੀਆਂ ਹੋਈਆਂ। ਸ਼ਾਇਦ ਇੱਥੋਂ ਦੇ ਜਿਹੜੇ ਮਹੰਤ ਹੋਣਗੇ ਪੁਰਾਣੇ ਉਹਨਾਂ ਦੀਆਂ। ਦੇਖੋ ਇਹ ਇੱਥੇ ਇਸੇ ਜਗ੍ਹਾ ਦੀ ਆ ਪਤਾ ਲੱਗਦਾ। ਉਹ 10 ਸਿੱਖ ਮਹੰਦਰੇ ਜਿਹੜੇ ਉਹਨਾਂ ਦੀਆਂ ਆਹ ਗੁਰੂ ਨਾਨਕ ਦੇਵ ਜੀ ਦੀ ਤੁਸੀਂ ਵੀਰ ਆ ਗਈ ਅੱਗੇ। ਗੁਰੂ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਆ ਗਈਆਂ। ਸ਼੍ਰੀ ਹਿਮਕੁੰਟ ਸਾਹਿਬ ਜੀ ਦੀ ਆ ਗਈ। ਤੇ ਇੱਥੋਂ ਪਤਾ ਤਾਂ ਲੱਗਦਾ ਵੈਸੇ ਆ ਪ੍ਰਾਤਨ ਹੈਗਾ ਕਾਫੀ ਮਤਲਬ ਜਿਵੇਂ ਇਹ ਬਾਬਾ ਜੀ ਕਹਿੰਦੇ ਪਿਛਲੇ ਪਾਸੇ ਚਰਨ ਹੈ ਕਹਿੰਦੇ ਇਹ ਹੁਣ ਅਸੀਂ ਪਿਛਲੇ ਪਾਸੇ ਆ ਗਏ ਗੁਰਦੁਆਰਾ ਸਾਹਿਬ ਦੇ ਇੱਥੇ ਪੂਰਾ ਜੰਗਲ ਹੈ ਤੇ ਹੋਰ ਜਗ੍ਹਾ ਹੈਗੀ ਤੇ ਵੈਸੇ ਕਹਿੰਦੇ ਵੀ ਗੁਰਦੁਆਰਾ ਸਾਹਿਬ ਕੋਲੇ ਇਹਦੇ ਕੋਲੇ ਪਹਿਲਾਂ ਜ਼ਮੀਨ ਜਾਇਦਾਦ ਬਹੁਤ ਹੁੰਦੀ ਸੀ ਗੁਰਦੁਆਰਾ ਸਾਹਿਬ ਦੇ ਨਾਮ ਸੀਗੀ ਅੱਛਾ ਇੱਥੇ ਚਰਨ ਹੈ ਬਾਬਾ ਜੀ ਦੇ ਠੀਕ ਇਹ ਦੱਸ ਦਿਆ ਕਹਿੰਦੇ ਵੀ ਪੁਰਾਣਾ ਪਿੱਪਲ ਹੈ ਇਹ ਬਹੁਤ ਪੁਰਾਣਾ ਦੇਖਣ ਨੂੰ ਦਰਖਤ ਤਾਂ ਬਹੁਤ ਪੁਰਾਣਾ ਲੱਗ ਰਿਹਾ ਹੈ ਇਹ ਚਰਨ ਵੈਸੇ ਯਾਦ ਬਣਾ ਕੇ ਰੱਖੀ ਹੈ ਮਤਲਬ ਉਹਨੇ ਗੁਰੂ ਪਾਤਸ਼ਾਹ ਤੋਂ ਬਾਅਦ ਉਹਨਾਂ ਦੀ ਯਾਦ ਚਿੱcke ਵੈਸੇ ਯਾਦ ਬਣਾ ਕੇ ਰੱਖੀ ਹੋਈ ਹੈ ਪਿੱਪਲ ਬਹੁਤ ਪੁਰਾਣਾ ਯਾਰ ਹੋ ਸਕਦਾ ਇਹ ਮਤਲਬ ਪਿੱਪਲ ਦੀ ਤਾਂ ਵੈਸੇ ਹੀ ਉਮਰ ਬਹੁਤ ਹੁੰਦੀ ਹੈਗੀ ਮੈਨੂੰ ਲੱਗਦਾ ਹੈ ਹਨਾ ਕਿਤਨੇ ਕਿਤਨਾ ਟਾਈਮ ਦਾ ਹੋਗਾ ਬਾਬਾ ਜੀ ਇਹ ਇਹ ਹੋ ਗਿਆ 7-8 ਸੌ ਸਾਲ ਵੀ ਜਿਆਦਾ ਹੋ ਗਿਆ আচ্ছা ਤੇ ਵੈਸੇ ਦੋ 250 300 ਇੰਨੇ ਤਾਂ ਸਾਲ ਸੁਣਦੀ ਆਪਾਂ ਪੰਜਾਬ ਚ ਵੀ 250 300 ਸਾਲ ਦੀ ਪਿੱਪਲ ਦੀ ਉਮਰ ਹੁੰਦੀ ਹੈਗੀ ਕਾਫੀ ਪੁਰਾਣਾ ਪਿੱਪਲ ਹੈਗਾ ਇਹ ਇਹ ਬਾਬਾ ਜੀ ਦੇ ਜਿਹੜੇ ਗੁਰੂ ਹੋਣਗੇ ਉਹਨਾਂ ਤੋਂ ਵੀ ਪਹਿਲਾਂ ਦਾ ਕਹਿੰਦੇ ਮਤਲਬ ਉਹ 10 ਸਿਨਮਹ ਹੰਤਾ ਵੇਲੇ ਦਾ ਇਧਰਲੇ ਪਾਸੇ ਇਹ ਹਨੂਮਾਨ ਜੀ ਦੀ ਲੱਗੀ ਹੋਈ ਆ ਜਿਹੜਾ ਮੂਰਤੀ ਲੱਗੀ ਹੋਈ ਆ ਇਹਦੇ ਪਰਾਂ ਵਾਲੇ ਪਾਸੇ ਪਿੱਪਲ ਦੇ ਕਹਿੰਦੇ ਗੁਰਨਾਨਕ ਬਾਛੀ ਦੇ ਉਹ ਮੈਂ ਚਰਨ ਬਣਾ ਕੇ ਰੱਖਿਓ ਯਾਦ ਬਣਾਈ ਹੋਈ ਹੈਗੀ ਉਹ ਸਾਹਮਣੇ ਕੀ ਹੈ ਬਾਬਾ ਜੀ ਸਮਾਦੀ ਹੈ ਅੱਛਾ ਉਧਰ ਕਿਸ ਕਿਸ ਸਮਾਦੀ ਹੈ ਉਹ ਗੁਰੂ ਨਾਨਕ ਦੇਵ ਜੀ ਮਿਲਾਕਾਰ ਹੋਏ ਸੀ ਬ੍ਰਹਮਹਾਰੀ ਜੀ ਅੱਛਾ ਉਹਨਾਂ ਕੀ ਸਮਾਦੀ ਹੈ ਹਾਂ ਉਹਨਾਂ ਕੇ ਜੀਵਿਤ ਸਮਾਦੀ ਹੈ ਠੀਕ ਹੈ ਠੀਕ ਹੈ ਜੀ ਇਹ ਕਹਿੰਦੇ ਜੀ ਵੀ ਜਿੰਨਾਂ ਨਾਲ ਗੋਸ਼ਟ ਹੀ ਹੋਈ ਸੀ ਗੁਰੂ ਨਾਨਕ ਪਾਤਸ਼ਾਹੀ ਦੀ ਇੱਥੇ ਆ ਕੇ ਵੀ ਉਹਨਾਂ ਦੀ ਇੱਥੇ ਸਮਾਦੀ ਬਣਾਈ ਹੋਈ ਹੈ ਇਹਦੇ ਅੰਦਰ ਤੇ ਅਭੀ ਇਹ ਗੁਰਦੁਆਰਾ ਇਤਨ ਇਤਨੀ ਜ਼ਮੀਨ ਨਹੀਂ ਹੈ ਗੁਰਦੁਆਰੇ ਕੇ ਪਾਸ ਜਿੰਨਾ ਇਹ ਹੈ ਇਹ ਜੰਗਲ ਸੰਗਲ ਸਭ ਹੈ ਅੱਛਾ ਜੀ ਜੰਗਲ ਸੰਗਲ ਸਾਰਾ ਹਾਂ ਰੋਡ ਤੱਕ ਹੈ ਰੋਡ ਤੱਕ ਹਾਂਜੀ ਇਹ ਗੁਰਦੁਆਰੇ ਕੇ ਨਾਮ ਹੀ ਹੈ ਸਰ ਹਾਂਜੀ ਠੀਕ ਹੈ ਗੁਰੂ ਨਾਨਕ ਮੱਠ ਕੇ ਨਾਮ ਹੈ ਅੱਛਾ ਗੁਰੂ ਨਾਨਕ ਮੱਠ ਕੇ ਨਾਮ ਹੈ ਹਾਂਜੀ ਇਹ ਗੁਰਨਾਨਕ ਮੱਠ ਦੇ ਨਾਮ ਹੈ ਸਾਰੀ ਜ਼ਮੀਨ ਜਾਇਦਾਦ ਇਸੋਏ ਸੀ ਬਾਹਰਲਾ ਪਾਸਾ ਆਪਾਂ ਦੁਆਰੇ ਅੰਦਰਲੇ ਪਾਸੇ ਚੱਲਦੇ ਹਾਂ ਤੇ ਵੈਸੇ ਜਿਵੇਂ ਨਾ ਤੁਹਾਨੂੰ ਪਹਿਲਾਂ ਹੀ ਬੋਲਿਆ ਯਾਰ ਸੇਵ ਥੋੜਾ ਜਿਆ ਧਿਆਨ ਦੇਣ ਦੀ ਲੋੜ ਹੈ ਵੈਸੇ ਜਦੋਂ ਮੈਂ ਪਹਿਲਾਂ ਗੁਰਦੁਆਰਾ ਸਤਸੰਗ ਗਿਆ ਸੀਗਾ ਉਹ ਕਹਿੰਦੇ ਸੀ ਉਹ ਮਤਲਬ ਇਹਨਾਂ ਨੂੰ ਦੋਸ਼ ਦੇ ਰਿਹਾ ਕਹਿੰਦੇ ਇਹਨਾਂ ਨੇ ਇੱਥੇ ਥੋੜਾ ਜਿਹਾ ਕਬਜ਼ਾ ਕਰ ਰੱਖਿਆ ਵੀ ਅਸੀਂ ਸੇਵਾ ਸੰਭਾਲ ਵਧੀਆ ਕਰ ਸਕਦੇ ਹਾਂ ਪਤਾ ਨਹੀਂ ਕਿਵੇਂ ਹੈ ਕੀ ਨਹੀਂ ਕੀ ਚੱਕਰ ਪਰ ਜ਼ਰੂਰਤ ਹੈ ਇਹ ਸਥਾਨਾਂ 'ਵਲ ਧਿਆਨ ਦੇਣ ਦੀ ਸੋਏ ਸੀ ਆਪਣਾ ਅੱਜ ਦਾ ਵਲੌਗ ਜਿਹਦੇ 'ਚ ਤੁਹਾਨੂੰ ਦੋ ਪ੍ਰਾਤਨ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਾਏ ਆ ਤੇਸ ਤੋਂ ਇਲਾਵਾ ਇੱਕ ਦੋ ਹੋਰ ਵੀ ਸਥਾਨ ਨੇ ਤੇ ਅਸੀਂ ਆਉਣ ਵਾਲੇ ਇੱਕ ਦੋ ਦਿਨਾਂ ਚ ਕੋਸ਼ਿਸ਼ ਕਰਾਂਗੇ ਉਹਨਾਂ ਦੀ ਵੀ ਮਤਲਬ ਵੀਡੀਓ ਬਣਾ ਕੇ ਤੁਹਾਨੂੰ ਦਰਸ਼ਨ ਕਰਾ ਸਕੀਏ ਤੁਹਾਡੇ ਤੱਕ ਪਹੁੰਚਾ ਸਕੀਏ ਹੈਨਾ ਤੁਸੀਂ ਇਦਾਂ ਦੀਆਂ ਵੀਡੀਓਜ਼ ਨੂੰ ਪਲੀਜ਼ ਵਾਅਦ ਤੋਂ ਵਾਅਦ ਸ਼ੇਅਰ ਕਰਿਆ ਕਰੋ ਵੈਸੇ ਦਾ ਸੀ ਇਹ ਗੱਲ ਕਹਿੰਦੇ ਨਹੀਂ ਹੁੰਦੇ ਪਰ ਐ ਹੁੰਦਾ ਵੀ ਸਾਰੀਆਂ ਸੰਗਤਾਂ ਦਰਸ਼ਨ ਕਰ ਸਕਣ ਤੇ ਆਪਣੇ ਤੇ ਬਾਕੀ ਇਹ ਆ ਵੀ ਆਪਣੇ ਗੁਰਦੁਆਰਾ ਸਾਹਿਬ ਦੇ ਜਾਂ ਇਤਿਹਾਸਕ ਸਥਾਨਾਂ ਦੀ ਵੱਧ ਤੋਂ ਵੱਧ ਸੰਭਾਲ ਸਹੀ ਤਰੀਕੇ ਨਾਲ ਹੋ ਸਕੇ ਉਹ ਤਾਂ ਹੋਊਗੀ ਜੇ ਆਪਾਂ ਵੱਧ ਤੋਂ ਵੱਧ ਆਪਣੇ ਇਤਿਹਾਸ ਬਾਰੇ ਇਤਿਹਾਸਕ ਸਥਾਨਾਂ ਬਾਰੇ ਜਾਣੂ ਹੋਵਾਂਗੇ ਜੇ ਆਪ ਨੂੰ ਪਤਾ ਹੀ ਨਹੀਂ ਹੋਊਗਾ ਫਿਰ ਸੰਭਾਲ ਵੀ ਕਿਵੇਂ ਹੋਊਗੀ ਐਸੇ ਤਰ੍ਹਾਂ ਤੁਹਾਡੇ ਕੋਲ ਨਵੀਆਂ-ਨਵੀਆਂ ਵੀਡੀਓ ਤੇ ਨਵੇਂ-ਨਵੇਂ ਸਥਾਨ ਲੱਭਦੇ ਹੋਏ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਮਿਲਦੇ ਆ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ